ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ, ਜੈ ਮਸਤਾਂ ਦੀ। ਦੋਸਤੋ, ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਮੈਂ ਹਾਜ਼ਰ ਹੋਇਆ, ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਜਿਨ੍ਹਾਂ ਦੇ ਮੋਟਰ ਵਾਹਨ, ਜਿਸ ਤਰ੍ਹਾਂ ਮੰਨ ਲਓ ਕਾਰ ਹੋਵੇ ਘਰ ਦੇ ਵਿੱਚ, ਕੋਈ ਸਕੂਟਰੀ ਹੋਵੇ ਬੱਚੇ ਦੀ, ਜਾਂ ਕੋਈ ਮੋਟਰਸਾਈਕਲ, ਜਾਂ ਕੋਈ ਤੁਹਾਡਾ ਕੋਈ ਹੋਰ ਟਰੈਕਟਰ ਟਰਾਲੀ, ਜਾਂ ਕੋਈ ਹੋਵੇ ਟਰੱਕ ਬੱਸ, ਕੋਈ ਵੀ ਇੱਦਾਂ ਦਾ ਜਿਹੜਾ ਵਾਹਨ ਹੋਵੇ ਘਰ ਦਾ, ਜਿਹੜਾ ਕਿ ਘਰ ਦੇ ਵਿੱਚ ਦਿੱਕਤ ਪਰੇਸ਼ਾਨੀ ਹੁੰਦੀ ਹੋਵੇ, ਘਰ ਦੇ ਵਿੱਚ ਉਹਦੇ ਵਾਰ ਵਾਰ ਐਕਸੀਡੈਂਟ ਹੁੰਦੇ ਹੋਵੇ, ਉਹਦੇ ਉੱਤੇ ਕਿਹੜੀ ਇੱਦਾਂ ਦੀ ਕਿਰਿਆ ਹੁੰਦੀ ਹੈ ਜਿਹੜੀ ਕਿ ਜਿਹਦੇ ਨਾਲ ਵਾਰ ਵਾਰ ਇਹ ਚੀਜ਼ਾਂ ਖਰਾਬ ਹੁੰਦੀਆਂ ਹੈ। ਪਰ ਅੱਜ ਮੈਂ ਤੁਹਾਨੂੰ ਇਹਨਾਂ ਨੂੰ ਠੀਕ ਕਰਨ ਦਾ ਇੱਕ ਢਾਲਾ ਦੇਣ ਜਾ ਰਿਹਾ। ਇਹ ਢਾਲੇ ਨੂੰ ਤੁਸੀਂ ਕਰ ਲਉਂਗੇ ਤਾਂ ਬਹੁਤ ਜ਼ਬਰਦਸਤ ਤਰੀਕੇ ਨਾਲ ਕੰਮ ਹੋਵੇਗਾ, ਤੁਹਾਡੇ ਕੋਈ ਮੋਟਰ ਵਾਹਨ ਖਰਾਬ ਨਹੀਂ ਹੋਏਗਾ। ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲੈਣਾ। ਪਹਿਲਾਂ ਜਿਹੜੇ ਸਾਡੇ ਚੈਨਲ 'ਤੇ ਨਵੇਂ ਆਏ ਨੇ, ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ, ਘੰਟੀ ਵਾਲੇ ਬਟਨ ਨੂੰ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਪਹਿਲਾਂ ਮਿਲਦੀਆਂ ਹੋ ਸਕਣਗੀਆਂ। ਹੁਣ ਗੱਲ ਕਰਦੇ ਹਾਂ ਜੀ, ਜਿਹੜਾ ਢਾਲਾ ਆ ਲੈ ਕੇ ਤੁਹਾਡੇ ਕੋਲ ਮੈਂ ਹਾਜ਼ਰ ਹੋਇਆ, ਜਿਹੜਾ ਕਿ ਤੁਹਾਡੇ ਮੋਟਰਸਾਈਕਲ ਹੋਵੇ, ਚਾਹੇ ਕੋਈ ਵੀ ਤੁਹਾਡਾ ਮੋਟਰ ਵਾਹਨ ਆ ਜਿਹੜਾ ਖਰਾਬ ਹੁੰਦਾ ਹੋਵੇ। ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਇਹਦੇ ਬਾਰੇ ਦੱਸ ਦੇਵਾਂ ਕਿ ਇਹ ਜਿਹੜੇ ਮੋਟਰ ਵਾਹਨ ਖਰਾਬ ਹੋਣ ਦਾ ਕਾਰਨ ਹੁੰਦਾ ਆ, ਜਾਂ ਤਾਂ ਇਹ ਖਰਾਬ ਗ੍ਰਹਿਆਂ ਕਰਕੇ ਹੁੰਦਾ ਆ, ਜਿਸ ਤਰ੍ਹਾਂ ਕਿ ਆਪਾਂ ਕੋਈ ਆਪਣੀ ਜਦੋਂ ਅਸੀਂ ਚੀਜ਼ ਲੈਣ ਜਾਂਦੇ ਹਾਂ, ਕੋਈ ਸਾਈਕਲ ਤੱਕ ਵੀ ਜਦੋਂ ਆਪਾਂ ਲੈਂਦੇ, ਕੋਈ ਲੋਹਾ ਘਰ ਦੇ ਵਿੱਚ ਜਦੋਂ ਅਸੀਂ ਲੈ ਕੇ ਆਉਂਦੇ ਹਾਂ, ਅਸੀਂ ਦਿਨ ਦਾ ਵਿਚਾਰ ਨਹੀਂ ਕਰਦੇ। ਕੋਈ ਦਿਨ ਇੱਦਾਂ ਦਾ ਹੁੰਦਾ ਹੈ ਜਿਸ ਤਰ੍ਹਾਂ ਮੰਗਲਵਾਰ ਹੋਵੇ, ਕੋਈ ਸ਼ਨੀਵਾਰ ਹੁੰਦਾ ਹੈ, ਉਦੋਂ ਅਸੀਂ ਇਹਦਾ ਵਿਚਾਰ ਨਹੀਂ ਕਰਦੇ। ਤਾਂ ਕੋਈ ਵੀ ਜਦੋਂ ਚੀਜ਼ ਨਵੀਂ ਲੈਣ ਜਾਂਦੇ ਹਾਂ ਅਤੇ ਘਰ ਦੇ ਵਿੱਚ ਲੈ ਆਉਂਦੇ ਹਾਂ, ਉਹਦੇ ਕਰਕੇ ਕੀ ਹੁੰਦਾ ਕਿ ਜਿਹੜਾ ਸਾਡਾ ਕੋਈ ਗ੍ਰਹਿ ਖਰਾਬ ਹੋਵੇ, ਕੋਈ ਸਾਨੂੰ ਨਹੀਂ ਪਤਾ ਹੁੰਦਾ ਕਿ ਸਾਡਾ ਕਿਹੜਾ ਗ੍ਰਹਿ ਖਰਾਬ ਚੱਲ ਰਿਹਾ, ਕਿਉਂ ਕਰਕੇ ਕਈ ਲੋਕ ਮੰਨਦੇ ਆ, ਕਈ ਲੋਕ ਨਹੀਂ ਮੰਨਦੇ ਇਹਨਾਂ ਚੀਜ਼ਾਂ ਨੂੰ। ਫਿਰ ਹੁੰਦਾ ਕੀ ਹੈ, ਜਦੋਂ ਕੋਈ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਆ, ਫਿਰ ਆਪਾਂ ਸੋਚਦੇ ਹਾਂ ਕਿ ਨਹੀਂ ਇਹ ਪਤਾ ਨਹੀਂ ਕੀ ਦਿੱਕਤ ਹੋ ਗਈ ਹੈ, ਜਾਂ ਕੋਈ ਕੀਤਾ ਕਰਾਇਆ, ਜਾਂ ਕੋਈ ਕੁਝ, ਫਿਰ ਆਪਣੇ ਮਨ 'ਚ ਕਈ ਸਵਾਲ ਉੱਠਦੇ ਨੇ, ਕਈ ਗੱਲਾਂ ਉੱਠਦੀਆਂ ਆ। ਪਰ ਇੱਕ ਚੀਜ਼ ਤਾਂ ਤੁਹਾਨੂੰ ਇਹ ਦੱਸ ਦਿੱਤੀ ਕਿ ਇਹ ਚੀਜ਼ਾਂ ਇੱਕ ਖਰਾਬ ਜਿਹੜੇ ਦਿਨ ਆਪਾਂ ਦਿਨਾਂ ਦੇ ਵਿੱਚ ਜਦੋਂ ਚੀਜ਼ ਆਪਾਂ ਲੈਂਦੇ ਹਾਂ, ਖਰਾਬ ਗ੍ਰਹਿਾਂ ਕਰਕੇ ਹੋ ਜਾਂਦੀ ਹੈ। ਦੂਜੀ ਗੱਲ, ਜਦੋਂ ਕੋਈ ਆਪਾਂ ਇੱਕ ਚੀਜ਼ ਇਹ ਦੂਸਰੀ, ਜਦੋਂ ਆਪਣੇ ਉੱਤੇ ਕੋਈ ਘਰ ਦੇ ਵਿੱਚ ਕੋਈ ਜਾਦੂ ਟੂਣਾ ਹੋ ਜਾਂਦਾ ਆ, ਘਰ ਦੇ ਵਿੱਚ ਕੋਈ ਇਲਮ ਕਰ ਦਿੰਦਾ ਆ ਆਪਣੇ ਮੋਟਰਸਾਈਕਲ ਵਾਹਨ 'ਤੇ, ਜਾਂ ਕੋਈ ਵੀ ਸਾਡੀ ਜਿਹੜੀ ਗੱਡੀ ਹੈ, ਜਿਹੜਾ ਸਾਡਾ ਇਲੈਕਟ੍ਰੋਨਿਕ ਹੋਵੇ ਜਾਂ ਕੋਈ ਵਾਹਨ ਹੋਵੇ, ਜਦੋਂ ਆਪਾਂ ਘਰ ਦੇ ਬਾਹਰ ਉਹਨੂੰ ਖੜ੍ਹਾ ਕਰ ਦਿੰਦੇ ਹਾਂ, ਕਈ ਵਾਰ ਕਾਲੀ ਕਾਲੀ ਦੇ ਵਿੱਚ ਆਪਾਂ ਘਰ ਦੇ ਬਾਹਰ ਖੜ੍ਹਾ ਕਰ ਦਿੰਦੇ ਹਾਂ, ਜਾਂ ਸਾਡੇ ਘਰ ਦੇ ਅੰਦਰ ਵੀ ਖੜ੍ਹਾ ਹੁੰਦਾ ਆ, ਤਾਂ ਵੀ ਸਾਨੂੰ ਕੋਈ ਨਾ ਕੋਈ ਇੱਦਾਂ ਦੀ ਕੋਈ ਚੀਜ਼ ਭੇਜ ਕੇ ਕੰਮ ਖਰਾਬ ਕਰ ਦਿੰਦਾ ਆ। ਇੱਕ ਸਾਡੇ ਕੋਲ ਵੀ ਕੇਸ ਆਇਆ ਸੀ ਕਿ ਜਿਸ ਤਰ੍ਹਾਂ ਉਹਨਾਂ ਦੀ ਸਕੂਟਰੀ ਸੀਗੀ, ਸਕੂਟਰੀ ਦੇ ਵਿੱਚ ਅਤੇ ਇੱਕ ਮੋਟਰਸਾਈਕਲ ਸੀ, ਉਹਨਾਂ ਦੇ ਉੱਤੇ ਵਾਰ ਵਾਰ ਖੂਨ ਦੇ ਛਿੱਟੇ ਆਉਂਦੇ ਸੀ। ਖੂਨ ਦੇ ਛਿੱਟੇ ਆਉਣ ਦਾ ਮਤਲਬ ਇਹ ਹੁੰਦਾ ਕਿ ਤੁਹਾਡੀ ਜਿਹੜੀ ਕੋਈ ਵੀ ਮੋਟਰ ਵਾਹਨ ਆ ਉੱਤੇ ਕੋਈ ਨਾ ਕੋਈ ਇਲਮ ਕੀਤਾ ਆ, ਕਿ ਜਿਹੜਾ ਇਸਨੂੰ ਚਲਾਵੇ, ਜਿਹੜਾ ਇਹਨੂੰ ਚਲਾ ਕੇ ਜਾਵੇ, ਉਹਦਾ ਜਾਨ ਮਾਲ ਦਾ ਨੁਕਸਾਨ ਹੋ ਜਾਵੇ, ਕਿ ਉਹਨੂੰ ਉਹਦੀ ਜਾਨ ਚਲੀ ਜਾਵੇ। ਪਰ ਇੱਦਾਂ ਹੁੰਦਾ ਬਹੁਤ ਘੱਟ ਹੈ। ਕਈ ਵਾਰ ਕਈ ਜਿਹੜੇ ਰੱਬ ਨੂੰ, ਪਰਮਾਤਮਾ ਨੂੰ, ਦਾਤਿਆਂ ਨੂੰ ਮੰਨਦੇ ਆ, ਪਰਮਾਤਮਾ ਉਹਨਾਂ ਦੀ ਰੱਖਿਆ ਵੀ ਕਰਦਾ ਆ, ਜਿਹਨਾਂ ਨੂੰ ਨਹੀਂ ਇਸ, ਜਿਹੜੇ ਬੱਚਿਆਂ ਨੂੰ ਨਹੀਂ, ਜਿਹੜੇ ਆਪਣੇ ਕਈ ਬੱਚੇ ਇੱਦਾਂ ਦੇ ਹੁੰਦੇ ਆ ਕਿ ਨਹੀਂ ਮੰਨਦੇ, ਤਾਂ ਕਿ ਕੋਈ ਨਾ ਕੋਈ ਨੁਕਸਾਨ ਹੋ ਹੀ ਜਾਂਦੀ ਆ, ਸੱਟ ਪਿੱਟ ਲੱਗ ਜਾਂਦੀ ਆ, ਕਈ ਵਾਰ ਜ਼ਿਆਦਾ ਨੁਕਸਾਨ ਵੀ ਹੋ ਜਾਂਦਾ, ਕਈ ਬੱਚਿਆਂ ਦੀ ਜਾਨ ਵੀ ਚਲੀ ਜਾਂਦੀ ਹੈ। ਪਰ ਤੁਸੀਂ ਘਬਰਾਉਣਾ ਨਹੀਂ, ਇਹਦੇ ਲਈ ਤੁਹਾਨੂੰ ਮੈਂ ਅੱਜ ਦਾ ਜੋ ਢਾਲਾ ਲੈ ਕੇ ਦੱਸਣ ਜਾ ਰਿਹਾ, ਤੁਸੀਂ ਉਹ ਕੰਮ ਕਰ ਲੈਣਾ। ਢਾਲੇ ਦੋ ਤਿੰਨ ਪ੍ਰਕਾਰ ਦੇ ਦੱਸਾਂਗਾ ਤਾਂ ਕਿ ਤੁਹਾਨੂੰ ਜਿਹੜਾ ਤੁਹਾਨੂੰ ਸੌਖਾ ਲੱਗੇ ਤੁਸੀਂ ਕਰ ਸਕਦੇ ਹੋ। ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ,
ਸ਼ਨੀਵਾਰ ਵਾਲੇ ਦਿਨ ਆਪਣੇ ਵਾਹਨ ਨੂੰ ਤੁਹਾਡੇ ਵਾਹਨ ਦੇ ਉੱਤੇ ਜਦੋਂ ਕੋਈ ਇਦਾਂ ਦਾ ਕੋਈ ਖੂਨ ਦਾ ਛਿੱਟਾ ਜਾਂ ਕੋਈ ਇਦਾਂ ਦੀ ਦਿੱਕਤ ਤੁਹਾਨੂੰ ਲੱਗਦਾ ਕਿ ਤੁਹਾਡੇ ਘਰ ਤੇ ਵਾਹਨ ਤੇ ਕੋਈ ਹੋਈ ਹੈ, ਤੁਸੀਂ ਕੀ ਕਰਨਾ? ਇੱਕ ਨਾਰੀਅਲ ਲੈਣਾ ਪਾਣੀ ਵਾਲਾ, ਉਹਨੂੰ ਪਹਿਲਾਂ ਛਿੱਲ ਲੈਣਾ। ਨਾਰੀਅਲ ਨੂੰ ਛਿੱਲ ਕੇ ਉਹਦੇ ਆਲੇ ਦੁਆਲੇ ਟਿੱਕੇ ਲਾ ਲੈਣੇ ਆ, 7 ਟਿੱਕੇ ਸੰਧੂਰ ਦੇ ਲਾ ਕੇ ਉਹਦੇ ਉੱਤੇ ਓਮ ਦਾ ਤੁਸੀਂ ਨਿਸ਼ਾਨ ਬਣਾ ਲੈਣਾ। ਉਸ ਨਾਰੀਅਲ ਨੂੰ ਤੁਸੀਂ ਕੀ ਕਰਨਾ, ਉਸ ਨਾਰੀਅਲ ਨੂੰ ਆਪਣੀ ਮੋਟਰ ਵਾਹਨ ਦੇ ਉੱਤੇ, ਜਿਹੜਾ ਵੀ ਤੁਹਾਡੀ ਗੱਡੀ ਚਾਹੇ ਕਾਰ ਆ, ਮੋਟਰਸਾਈਕਲ ਆ, ਕੋਈ ਵੀ ਆ, ਉਹਨੂੰ ਉਹਦੇ ਉੱਤੋਂ ਤੁਸੀਂ 7 ਵਾਰ ਜਿਹੜਾ ਪੁੱਠਾ ਘੁਮਾ ਲੈਣਾ। 7 ਵਾਰ ਉਹਨੂੰ ਪੁੱਠਾ ਘੁਮਾਉਣ ਤੋਂ ਬਾਅਦ ਉਹਨੂੰ ਜਾ ਕੇ 7 ਵਾਰ ਜਦੋਂ ਘੁੰਮ ਗਿਆ, ਫਿਰ ਉਹਨੂੰ ਜਾ ਕੇ ਜਾਂ ਤੁਸੀਂ ਕਿਸੇ ਚੱਲਦੇ ਪਾਣੀ ਦੇ ਵਿੱਚ ਉਹਨੂੰ ਵਹਾ ਦੇਣਾ, ਜਾਂ ਕਿਸੇ ਚੁਰਾਹੇ ਉੱਤੇ ਫੋੜ ਦੇਣਾ ਜਾ ਕੇ। ਇਹ ਸ਼ਾਮ ਨੂੰ ਦਿਨ ਢਲੇ ਕੰਮ ਹੋਣਾ ਆ, ਹਨੇਰੇ ਹੋਏ ਜਦੋਂ ਇਹ ਟਾਲਾ ਕਰਨ ਜਾਣਾ, ਤੁਹਾਨੂੰ ਕੋਈ ਦੇਖੇ ਨਾ, ਰੋਕੇ ਟੋਕੇ ਨਾ, ਬਸ ਇੰਨਾ ਧਿਆਨ ਰੱਖ ਲੈਣ। ਦੂਸਰੀ ਗੱਲ, ਜਦੋਂ ਹੁਣ ਅਗਲਾ ਜਿਹੜਾ ਅਗਲਾ ਤੁਹਾਨੂੰ ਪ੍ਰਯੋਗ ਦੱਸਦਾ, ਜਦੋਂ ਤੁਹਾਨੂੰ ਲੱਗਦਾ ਕਿ ਤੁਹਾਡਾ ਕੋਈ ਇੱਦਾਂ ਦਾ ਕੰਮ ਹੋਇਆ, ਤੁਸੀਂ ਕੀ ਕਰਨਾ, 4 ਨਿੰਬੂ ਲੈਣੇ ਆ। ਜਿੱਦਾਂ ਮੰਨ ਲਓ ਤੁਹਾਡੀ ਕਾਰ ਹੈ ਤਾਂ ਤੁਸੀਂ 4 ਨਿੰਬੂ ਲੈਣੇ ਆ, ਜੇ ਸਕੂਟਰੀ ਆ, ਮੋਟਰਸਾਈਕਲ ਆ, ਉੱਥੇ ਤੁਸੀਂ 2 ਨਿੰਬੂ ਲੈਣੇ ਆ। ਉਹਦੇ ਤੁਸੀਂ ਜਦੋਂ ਇੱਦਾਂ ਦੀ ਕੋਈ ਦਿੱਕਤ ਤੁਹਾਨੂੰ ਲੱਗਦੀ ਹੈ ਤਾਂ ਤੁਸੀਂ ਕੀ ਕਰਨਾ, ਉਹਨੂੰ ਕਿਤੇ ਇੱਦਾਂ ਦੇ ਚੁਰਾ ਇੱਦਾਂ ਦੇ ਮਤਲਬ ਤੁਸੀਂ ਉਜਾੜ ਜਗ੍ਹਾ 'ਤੇ ਲੈ ਜਾਣੀ ਆਪਣੀ ਗੱਡੀ ਨੂੰ, ਉੱਥੇ ਲਿਜਾ ਕੇ ਖੜੀ ਕਰਕੇ ਉਹਦੇ ਥੱਲੇ ਤੁਸੀਂ ਨਾ ਟਾਇਰਾਂ ਦੇ ਉੱਤੇ ਨਿੰਬੂ ਰੱਖ ਦੇਣੇ 4, ਜੇ ਤੁਹਾਡੀ ਕਾਰ ਆ ਤਾਂ 4 ਨਿੰਬੂ, ਮੋਟਰਸਾਈਕਲ ਜਾਂ ਸਕੂਟਰੀ ਆ ਤਾਂ ਉੱਤੇ 2 ਨਿੰਬੂ, ਉਹਦੇ ਟਾਇਰਾਂ ਦੇ ਉੱਤੇ ਦੀ ਨਿੰਬੂ 4 ਰੱਖ ਕੇ ਉਹਦੇ ਉੱਤੋਂ ਦੀ ਤੁਸੀਂ ਗੱਡੀ ਨੂੰ ਚਲਾ ਦੇਣਾ, ਨਿੰਬੂ ਫਿਸ ਜਾਣੇ ਆ ਅਤੇ ਉਹ ਜਿਹੜਾ ਕੀਤਾ ਹੋਏਗਾ ਟੁੱਟ ਜਾਏਗਾ। ਠੀਕ ਹੈ, ਇਹ ਦੂਜਾ ਪ੍ਰਯੋਗ ਸੀ। ਹੁਣ ਤੀਜਾ ਪ੍ਰਯੋਗ ਤੁਹਾਨੂੰ ਦੱਸਣ ਜਾ ਰਿਹਾ, ਜਿਸ ਤਰ੍ਹਾਂ ਮੰਨ ਲਓ ਤੁਸੀਂ ਤੁਹਾਡੇ ਤੁਸੀਂ ਕੋਈ ਵੀ ਪੀਰਾਂ ਫਕੀਰਾਂ ਨੂੰ ਮੰਨਦੇ ਹੋ ਜਾਂ ਕਿਸੇ ਦਰਬਾਰ 'ਤੇ ਜਾਂਦੇ ਹੋ, ਤੁਸੀਂ ਕੀ ਕਰਿਆ ਕਰੋ, ਉੱਥੋਂ ਜਿਹੜੀ ਝੰਡੇ ਦੀ ਇੱਕ ਰੱਖ ਹੁੰਦੀ ਆ ਜਿਹੜੀ ਨਾਲ ਬੰਨਦੇ ਆ, ਉਹ ਸਾਲ ਬਾਅਦ ਚੇਂਜ ਹੁੰਦੀ ਆ, ਹਰ ਵਾਰ ਜਦੋਂ ਝੰਡਾ ਬਦਲਣ ਦੀ ਰਸਮ ਹੁੰਦੀ ਹੈ ਉਹ ਚੇਂਜ ਹੁੰਦੀ ਹੈ। ਜਦੋਂ ਝੰਡੇ ਨਾਲ ਬੰਨਦੇ ਹਾਂ, ਉਹਦੇ ਨਾਲ ਜਿਹੜੀਆਂ ਲੱਟਾਂ ਨਾਲ ਬੰਨਦੇ ਹਾਂ ਆਪਾਂ, ਉਹ ਜਿਹੜੇ ਧਾਗੇ ਆ ਤੁਸੀਂ ਲੈ ਆਉਣੇ ਆ, ਉਹਨੂੰ ਰੱਖ ਕਹਿੰਦੇ ਆਪਾਂ। ਠੀਕ ਹੈ ਜੀ, ਉਸ ਰੱਖ ਨੂੰ ਤੁਸੀਂ, ਉਹ ਰੱਖ ਜਿਹੜੀ ਹੁੰਦੀ ਹੈ, ਕਿਉਂ ਕਰਕੇ ਉਹ ਸਿੱਧ ਰੱਖ ਹੁੰਦੀ ਆ, ਉਹਨੂੰ ਲਿਆ ਕੇ ਤੁਸੀਂ ਆਪਣੀ ਸਕੂਟਰੀ ਮੋਟਰਸਾਈਕਲ ਦੇ ਨਾਲ ਬੰਨ ਦਿਓ ਅਤੇ ਤੁਹਾਡੇ ਜਿਹੜੇ ਕੋਈ ਐਕਸੀਡੈਂਟ ਆ ਉਹ ਤੋਂ ਤੁਸੀਂ ਬਚ ਜਾਓਗੇ, ਤੁਹਾਡਾ ਨੁਕਸਾਨ ਨਹੀਂ ਹੋਏਗਾ। ਇਹ ਸੀ ਤੀਜਾ। ਚੌਥੇ ਨੰਬਰ 'ਤੇ ਤੁਸੀਂ ਕੀ ਕਰਨਾ, ਇੱਕ ਕੱਪੜਾ ਲੈ ਲੈਣਾ, ਉਹਦੇ ਵਿੱਚ ਪੀਲੀ ਸਰੋਂ ਅਤੇ ਕਾਲੀ ਸਰੋਂ ਅਤੇ ਥੋੜ੍ਹੀ ਜਿਹੀ ਹਿੰਗ ਨੂੰ ਬੰਨ ਲੈਣਾ, ਜਿਹਨਾਂ ਨੂੰ ਵੀ ਤੁਸੀਂ ਮੰਨਦੇ ਹੋ ਉਹਨਾਂ ਦਾ ਨਾਂ ਲੈ ਕੇ ਤੁਸੀਂ ਉਹਦੇ ਨਾਲ ਬੰਨ ਦਿਓ ਤਾਂ ਤੁਹਾਡਾ ਇਹ ਨੁਕਸਾਨ ਨਹੀਂ ਹੋਏਗਾ। ਇਹੀ ਜਿਹੜੇ ਤੁਹਾਨੂੰ ਮੈਂ ਪ੍ਰਯੋਗ ਦੱਸੇ ਤੁਸੀਂ ਵਰਤ ਕੇ ਕਰਕੇ ਦੇਖਿਓ। ਇਹੀ ਸਾਡੀ ਅੱਜ ਦੀ ਵੀਡੀਓ ਸੀ, ਜੇ ਤੁਹਾਨੂੰ ਚੰਗੀ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ। ਜੈ ਪੀਰਾਂ ਦੀ, ਜੈ ਮਸਤਾਂ ਦੀ, ਮਾਲਕ ਭਲੀ ਕਰੇ।